ਸਿਮਰਜੀਤ ਬੈਂਸ ਤੇ ਮੁਕੱਦਮਾ ਦੇ ਕੇ ਮੁੱਖ ਮੰਤਰੀ ਸਾਹਿਬ ਸਮਝਦੇ ਆ ਕਿ ਲੋਕਾਂ ਦੀ ਆਵਾਜ਼ ਬੰਦ ਹੋ ਗਈ, ਪਰ ਲੋਕਾਂ ਨੂੰ ਇਨਸਾਫ਼ ਨਹੀਂ ਮਿਲਿਆ। 2 ਲੱਖ ਨਾਲ ਕਮਿਸ਼ਨ ਪੂਰੀ ਨਹੀਂ ਹੋ ਸਕਦੀ। ਤੁਸੀਂ 2 ਲੱਖ ਦੇ ਕੇ ਕਹਿੰਦੇ ਮੈਂ ਮੁਆਵਜ਼ਾ ਦੇਤਾ। 150 ਕਿਲੋਮੀਟਰ ਹੈ ਅਤੇ ਛੋਟੇ ਵੀਰ, 150 ਕਿਲੋਮੀਟਰ 'ਚ ਜਦੋਂ ਮਰਜ਼ੀ ਪੁਲਿਸ ਫੜ ਲਏ, ਅਸੀਂ ਲੁਕੇ ਹਾਂ? ਤੁਸੀਂ ਦੱਸ ਦਿਓ, ਜੇ ਲੁਕੇ ਹਾਂ ਤਾਂ ਦੱਸ ਦਿਓ। ਬਟਾਲਾ DC ਵਿਵਾਦ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਦੇ ਵੱਲੋਂ ਅੱਜ ਆਪਣੇ ਸਮਰਥਕਾਂ ਸਮੇਤ ਬਟਾਲਾ ਦੇ ਲਈ ਰਵਾਨਾ ਹੋਏ। ਜ਼ਿਕਰਯੋਗ ਹੈ ਕਿ ਇਸ ਕਾਫਲੇ ਵਿੱਚ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨਹੀਂ ਸਨ, ਉਹਨਾਂ ਦੀ ਪ੍ਰਧਾਨਗੀ ਵਿਧਾਇਕ ਬਲਵਿੰਦਰ ਸਿੰਘ ਬੈਂਸ ਕਰ ਰਹੇ ਨੇ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸਿਮਰਨਜੀਤ ਸਿੰਘ ਬੈਂਸ ਪਹਿਲਾਂ ਹੀ ਬਟਾਲਾ ਵਾਸਤੇ ਰਵਾਨਾ ਹੋ ਚੁੱਕੇ ਸਨ। ਉੱਥੇ ਹੀ ਲਾਡੋ ਆਲ ਟਾਲ ਪਲਾਜ਼ਾ 'ਤੇ ਵੀ ਵਿਧਾਇਕ ਬੈਂਸ ਦੇ ਕਾਫਲੇ ਦੀਆਂ ਗੱਡੀਆਂ ਬਿਨਾਂ ਪਰਚੀ ਦੇ ਫ੍ਰੀ ਵਿੱਚ ਨਿਕਲਦੀਆਂ ਹੋਈਆਂ ਨਜ਼ਰ ਆਈਆਂ। ਇਸ ਮੌਕੇ 'ਤੇ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਅਸੀਂ ਬਟਾਲਾ ਜਾ ਰਹੇ ਹਾਂ ਲੋਕਾਂ ਨੂੰ ਇਨਸਾਫ਼ ਦਿਵਾਉਣ ਦੇ ਲਈ, ਜਿਨ੍ਹਾਂ ਦੀ ਮੌਤ ਪਟਾਕਾ ਫੈਕਟਰੀ ਬਟਾਲਾ ਵਿੱਚ ਹੋਈ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਸਿਮਰਨਜੀਤ ਸਿੰਘ ਬੈਂਸ ਸਵੇਰੇ ਹੀ ਨਿਕਲ ਗਏ ਸੀ ਅਤੇ ਕਿਹਾ ਕਿ ਉਹ ਨਹੀਂ ਡਰਦੇ ਪੁਲਿਸ ਤੋਂ, ਉਹ ਜਦੋਂ ਵੀ ਚਾਹੇ ਸਿਮਰਨਜੀਤ ਸਿੰਘ ਬੈਂਸ ਨੂੰ ਪਕੜ ਸਕਦੇ ਨੇ। ਸਿਮਰਜੀਤ ਸਿੰਘ ਬੈਂਸ ਚਲੇ ਗਏ, ਪਹੁੰਚ ਗਏ ਅੱਜ ਜੱਥਾ ਲੈ ਕੇ ਜਾ ਰਹੇ ਹਾਂ ਜੀ। ਹਾਂਜੀ, ਕੀ ਵਜ੍ਹਾ ਨੂੰ ਲੈ ਕੇ ਜਿਹੜਾ ਤੁਸੀਂ ਉੱਥੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲਿਆ? ਸਿਮਰਜੀਤ ਬੈਂਸ ਤੇ ਮੁਕੱਦਮਾ ਦੇ ਕੇ ਮੁੱਖ ਮੰਤਰੀ ਸਾਹਿਬ ਸਮਝਦੇ ਆ ਕਿ ਲੋਕਾਂ ਦੀ ਆਵਾਜ਼ ਬੰਦ ਹੋ ਗਈ, ਕਿਉਂਕਿ ਅਕਾਲੀ ਦਲ ਬੋਲਦਾ ਨਹੀਂ, ਫਰੈਂਡਲੀ ਮੈਚ ਆ। ਮੈਂ ਕਹਿਣਾ ਚਾਹੁੰਦਾ ਕੈਪਟਨ ਸਾਹਿਬ, ਤੁਸੀਂ ਮੁਕੱਦਮਾ ਦੇਤਾ, ਕੋਈ ਰੌਲਾ ਨਹੀਂ, ਪਰ ਲੋਕਾਂ ਨੂੰ ਇਨਸਾਫ਼ ਨਹੀਂ ਮਿਲਿਆ। 2 ਲੱਖ ਨਾਲ ਕਮਿਸ਼ਨ ਪੂਰੀ ਨਹੀਂ ਹੋ ਸਕਦੀ। ਤੁਸੀਂ 2 ਲੱਖ ਦੇ ਕੇ ਕਹਿੰਦੇ ਮੈਂ ਮੁਆਵਜ਼ਾ ਦੇਤਾ, ਅਸੀਂ ਕਹਿੰਦੇ ਹਾਂ ਮੁਆਵਜ਼ਾ 20 ਲੱਖ ਰੁਪਈਆ ਦਿਓ, ਅਸੀਂ ਕਹਿੰਦੇ ਇੱਕ ਪਰਿਵਾਰ ਇੱਕ ਨੌਕਰੀ ਦਿਓ, ਅਸੀਂ ਕਹਿੰਦੇ ਹਾਂ ਜਿਹੜੇ ਦੋਸ਼ੀ ਅਫਸਰ ਆ ਉਹਨਾਂ 'ਤੇ ਮੁਕੱਦਮਾ ਦਿਓ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਜੀ, ਕਿੰਨੇ ਕਿਲੋਮੀਟਰ ਆ? 150 ਕਿਲੋਮੀਟਰ ਆ ਅਤੇ ਛੋਟੇ ਵੀਰ, 150 ਕਿਲੋਮੀਟਰ 'ਚ ਜਦੋਂ ਮਰਜ਼ੀ ਪੁਲਿਸ ਫੜ ਲਏ, ਅਸੀਂ ਕੋਈ ਲੁਕੇ ਹੋਏ ਹਾਂ? ਤੁਹਾਨੂੰ ਰੋਜ਼ ਮਿਲਦੇ ਹਾਂ ਤੁਹਾਡੇ ਚੈਨਲ, ਤੁਹਾਡੇ ਰਾਹੀਂ ਮਿਲਦੇ ਹਾਂ ਚੈਨਲ 'ਤੇ, ਅਸੀਂ ਲੁਕੇ ਹਾਂ? ਤੁਸੀਂ ਦੱਸ ਦਿਓ, ਜੇ ਲੁਕੇ ਹਾਂ ਤਾਂ ਦੱਸ ਦਿਓ। ਅਤੇ ਕਾਰਵਾਈ ਲੋਕਾਂ ਦੀ ਗੱਲ ਕਰਨ ਵਾਲਿਆਂ 'ਤੇ ਅੰਗਰੇਜ਼ਾਂ ਨੇ ਵੀ ਕੀਤੀ, ਅਤੇ ਕੈਪਟਨ ਸਾਹਿਬ ਵੀ ਰਾਜਿਆਂ ਦੇ ਪਰਿਵਾਰ 'ਚੋਂ, ਉਹ ਵੀ ਕਰ ਲੈਣ, ਪਰ ਜਦੋਂ ਆਜ਼ਾਦੀ ਦੀ ਲੜਾਈ ਲੜੀ, ਸਾਡੇ ਬਜ਼ੁਰਗ ਡਰੇ ਨਹੀਂ ਵੀ ਗੋਰਿਆਂ ਦੀਆਂ ਗੋਲੀਆਂ ਚੱਲਦੀਆਂ। ਜਲ੍ਹਿਆਂ ਵਾਲੇ ਬਾਗ 'ਚ ਕੀ ਹੋਇਆ ਬਜ਼ੁਰਗ? ਆਪਾਂ ਆਜ਼ਾਦੀ ਤੋਂ ਪਿੱਛੇ ਹਟ ਗਏ? ਅਸੀਂ ਲੋਕਾਂ ਦੀ ਗੱਲ ਕਰਦੇ ਰਹਾਂਗੇ, ਲੋਕਾਂ ਨੇ ਸਾਨੂੰ ਮਾਣ ਦਿੱਤਾ ਗੱਲ ਕਰਨ ਲਈ, ਲੋਕਾਂ ਦੀ ਗੱਲ ਕਰਾਂਗੇ, ਅੱਜ ਲੋਕਾਂ ਦੀ ਗੱਲ ਕਰਨ ਲਈ ਬਟਾਲੇ ਚੱਲੇ ਹਾਂ। ਕਹਿਣਾ ਜੀ ਕਿ ਜਿਹੜੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ, ਉਹਨਾਂ ਨੂੰ ਮਾਫ਼ੀ ਮੰਗ ਲੈਣੀ ਚਾਹੀਦੀ ਹੈ। ਜੇ ਉਹਨਾਂ ਨੂੰ ਇੰਨੀ ਹਮਦਰਦੀ ਹੈ ਉਹ ਮੰਗ ਲੈਣ, ਜੇ ਉਹ ਕਹਿੰਦੇ ਆ ਵੀ DC ਨੂੰ ਅਸੀਂ ਮੋਢੇ 'ਤੇ ਬਿਠਾ ਕੇ ਰੱਖਣਾ, ਅਸੀਂ ਅਫਸਰਾਂ ਨੂੰ ਮੋਢੇ 'ਤੇ ਬਿਠਾ ਕੇ ਰੱਖਣਾ, ਜਿਹੜੇ ਅਫਸਰ ਕਹਿਣ ਬਾਹਰ ਚੱਲ ਜਾਓ, ਉਹ ਹੋ ਸਕਦਾ ਉਹਨਾਂ ਦੀ ਨਿਗਾਹ 'ਚ ਵੀ ਠੀਕ ਹੋਣ, ਪਰ ਸਾਡੀ ਨਿਗਾਹ 'ਚ ਪ੍ਰੋਟੋਕਾਲ ਅਨੁਸਾਰ ਕੈਪਟਨ ਸਾਹਿਬ ਨੇ ਆਪ ਕਿਹਾ ਵੀ ਮੈਂ ਅਫਸਰਾਂ ਨੂੰ ਕਹਿੰਦਾ ਚੁਣੇ ਹੋਏ ਨੁਮਾਇੰਦਿਆਂ ਦਾ ਸਤਿਕਾਰ ਕਰੋ, ਅਤੇ ਜੇ ਅਫਸਰ ਪੁੱਛ ਲੈਣ ਵੀ ਕੈਪਟਨ ਸਾਹਿਬ ਤੁਸੀਂ ਕਿੰਨਾ ਕੁ ਕਰਦੇ ਹੋ। ਇਕੱਲਾ ਉਹ ਨਹੀਂ ਬੋਲਿਆ ਛੋਟੇ ਵੀਰ, ਰਾਜ ਸਭਾ ਮੈਂਬਰ ਵੀ ਕਾਂਗਰਸ ਵਾਲੇ ਬੋਲੇ ਆ, ਹੋਰ ਵੀ ਕਈ ਸੀਨੀਅਰ ਲੀਡਰ ਬੋਲੇ ਆ, ਅਤੇ ਜਿਹੜੇ ਬੋਲੇ ਆ ਉਹਨਾਂ ਦੀ ਆਤਮਾ ਜਾਗਦੀ ਹੈ, ਅਤੇ ਕਈਆਂ ਨੇ ਆਤਮਾ ਇਲੈਕਸ਼ਨ 'ਚ ਹੀ ਜਾਗਦੀ ਹੈ, 15 ਦਿਨ ਬਾਅਦ 'ਚ ਸੌਂ ਜਾਂਦੀ ਹੈ, ਅਤੇ ਲੋਕ ਵਿਚਾਰੇ ਥੰਭਲਿਆਂ 'ਚ ਵੱਜਦੇ ਫਿਰਦੇ ਆ। ਇਹ ਦੁਖਾਂਤ ਹੈ। ਮੈਂ ਵੀ ਲੋਕਾਂ ਦਾ ਨੌਕਰ ਹਾਂ, ਮੈਂ ਫਿਰ ਕਹਿੰਦਾ ਮੈਂ ਵੀ ਲੋਕਾਂ ਦਾ ਨੌਕਰ ਹਾਂ, ਪਰ ਅੱਜ ਉਲਟਾ ਹੋ ਗਿਆ ਸਿਸਟਮ। ਜਿਹੜੇ ਨੌਕਰ ਸੀਗੇ ਉਹ ਆਪਣੇ ਆਪ ਨੂੰ ਮਾਲਕ ਸਮਝਣ ਲੱਗ ਗਏ, ਜਿਹੜੇ ਵੋਟਰ ਆ ਜਿਹੜੇ ਮਾਲਕ ਹੁੰਦੇ ਆ ਉਹ ਆਪਣੇ ਆਪ 'ਤੇ ਨੌਕਰ ਬਣ ਕੇ ਥੰਭਲਿਆਂ 'ਚ ਵੱਜਦੇ ਫਿਰਦੇ ਆ। ਅੱਜ ਉਹਨਾਂ ਦੀ ਕੋਈ ਸੁਣਨ ਨੂੰ ਤਿਆਰ ਨਹੀਂ, ਅੱਜ ਉਹਨਾਂ ਦੀ ਗੱਲ ਕਰਨ ਲਈ ਚੱਲੇ ਹਾਂ। A1 ਪੰਜਾਬੀ TV ਲਈ ਲੁਧਿਆਣਾ ਤੋਂ ਪ੍ਰਦੀਪ ਭੰਡਾਰ ਦੀ ਰਿਪੋਰਟ।